ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਜੀ ਆਈ ਨੂੰ ਸਾਰਿਆਂ ਦਾ। ਮੈਂ ਵੇਖ ਪਾ ਰਿਹਾ ਕਾਫੀ ਸਾਰੇ ਵਿਊਅਰ ਸਾਨੂੰ ਕਾਲ ਕਰ ਰਹੇ ਹਨ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਛੇ ਦਿਨ ਆਉਣ ਵਾਲੇ ਹੈ ਕਿ ਉਹ ਆ ਗਏ ਕਿ ਨਹੀਂ ਆਏ। ਇਸ ਮੁਤਲਕ ਤੁਹਾਨੂੰ ਕੀ ਲੱਗਦਾ ਹੈ, ਕਰਦੇ ਹਾਂ ਤੁਹਾਡੇ ਨਾਲ ਵਿਚਾਰ ਸਾਂਝੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਮੈਂ ਤੁਹਾਨੂੰ ਬਹੁਤ ਵਧਾਈ ਦੇਣਾ ਵਾ, ਅੱਛਾ ਮੁੱਦਾ ਲਿਆਣਾ ਤੁਸੀਂ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਕੌਣ ਬੋਲ ਰਹੇ ਹੋ? ਅਮਰਜੀਤ ਸਿੰਘ ਲਾਂਬਾ, ਨਿਊਯਾਰਕ ਤੋਂ, ਮੈਂ ਦਿੱਲੀ ਤੋਂ ਆ ਜੀ। ਮੈਂ ਬੋਲ ਰਿਹਾ ਜੀ, ਮੈਂ ਤੁਹਾਡਾ ਪੂਰਾ ਮਤਾ ਜਿਹੜਾ ਜਦੋਂ ਤੋਂ ਸ਼ੁਰੂ ਹੋਇਆ ਮੈਂ ਦੇਖ ਰਿਹਾ ਜੀ। ਜੀ ਕੀ ਕਹਿਣਾ ਚਾਹੋਗੇ? ਜਦੋਂ ਇਹ ਦੇਖੋ ਕੋਈ ਵੀ ਭਾਰਤ ਦੇ ਵਿੱਚ ਕੋਈ ਵੀ ਸਰਕਾਰ ਆ ਜਾਏ ਜੀ, ਇਹ ਭਾਰਤ ਵਿੱਚ ਕੋਈ ਵੀ ਸਰਕਾਰ ਹੋਵੇ, ਸਾਡੇ ਸਿੱਖਾਂ ਵਾਸਤੇ ਕੋਈ ਵੀ ਕਿਸੇ ਕੋਈ ਸਿੱਖਾਂ ਦੇ ਹੱਕ ਵਿੱਚ ਨਹੀਂ ਹੈਗੀ ਜੀ। ਸਿੱਖਾਂ ਦੇ ਮਸਲਿਆਂ ਵਾਸਤੇ ਕੋਈ ਨਹੀਂ ਹੈਗੀ, ਕੋਈ ਸਰਕਾਰ ਭਾਵੇਂ ਕਾਂਗਰਸੀ ਹੋਵੇ, ਭਾਵੇਂ ਮੋਦੀ ਦੀ ਹੋਵੇ, ਭਾਵੇਂ ਕਿਸੇ ਦੀ ਹੋਵੇ ਜੀ। ਜੋ ਅਸੀਂ ਜਦੋਂ ਇਹ ਨਸਲਕੁਸ਼ੀ 1984 ਦੀ ਹੋਈ ਹੈ ਜੀ, ਮੈਂ ਉੱਥੇ ਹੀ ਸੀ ਜੀ, ਇਹ ਸਾਰਾ ਕਾਂਡ ਉੱਥੇ ਵਾਪਰਿਆ ਮੇਰੇ ਸਾਹਮਣੇ ਜੀ, ਤੇ ਮੈਂ ਆਪਣੇ ਅੱਖੀ ਸਾਰਾ ਦੇਖਿਆ ਜੀ। ਬਿਲਕੁਲ ਬਿਲਕੁਲ, ਅਸੀਂ ਸਮਝ ਪਾਉਂਦੇ ਹਾਂ ਤੁਹਾਡੇ ਜਿਹੜੇ ਦਰਦ ਇਸ ਟਾਈਮ ਸਾਹਮਣੇ ਆ ਰਹੇ ਹੋਣਗੇ ਵੀਡੀਓ ਵੇਖਣ ਤੋਂ ਬਾਅਦ। ਮੇਰੇ ਨਾਲ ਹੋਰ ਵੀ ਕਾਫੀ ਸਾਰੇ ਕਾਲਰ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲਸ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅਸੀਂ ਬਾਈ, ਮੈਂ ਸਿੱਧੂ ਸਿੰਘ ਬੋਲਦਾ ਜੀ। ਜੀ ਜੀ ਜੀ, ਕੀ ਕਹਿਣਾ ਚਾਹੋਗੇ? ਭਾਜੀ ਮੈਂ, ਤੁਸੀਂ ਆਪਾਂ ਅਮਰੀਕਾ 'ਚ ਬੈਠੇ ਆ, ਇਹਦੇ ਅਕਾਲੀਆਂ ਦੇ ਵੀ ਇੱਥੇ ਬਹੁਤ ਬੰਦੇ ਬੈਠੇ ਹੋਏ ਆ ਜੀ, ਸਾਡੇ ਇਹਦੀ ਕਾਲ ਨਹੀਂ ਆਈ ਤੱਕ, ਨਹੀਂ ਆਈ ਜੀ, ਔਰ ਕਿਸੇ ਵੀ ਬੀਜੇਪੀ ਦੇ ਨੁਮਾਇੰਦੇ ਵੀ ਦੀ ਕਾਲ ਨਹੀਂ ਆਈ। ਦੇਖੋ ਜੀ, ਅਸੀਂ ਸੁਲਝਾਓਗੇ ਤੁਸੀਂ, ਕਿਉਂਕਿ ਤੁਸੀਂ ਭਾਈਵਾਲ ਸਰਕਾਰ ਹੋ, ਸ਼੍ਰੋਮਣੀ ਅਕਾਲੀ ਦਲ, ਆਓ ਖੁੱਲ ਕੇ ਕਰੋ ਸਾਡੇ ਨਾਲ ਬਹਿਸ, ਅਸੀਂ ਤਾਂ ਚੁਣੌਤੀ ਦਿੰਦੇ ਹਾਂ ਉਹਨਾਂ ਨੂੰ। ਦੂਜੀ ਗੱਲ ਇਹ ਹੈ ਭਾਜੀ, ਪਹਿਲੇ ਵਾਲੀ ਗੱਲ ਹੋਈ 84 ਹੋਇਆ ਜੀ, ਹੁਣ ਸਿੱਖ ਵੀ ਜਾਗ ਪਏ ਆ ਜੀ, ਇੱਥੇ ਅਸੀਂ ਬਾਰ ਬਾਰ ਲੋਕੀ ਜਾਗਦੇ ਆ ਜੀ, ਇਹ ਭੁੱਲ ਜਾਣ ਵੀ ਜਿਹੜਾ 84 ਹੋਇਆ ਉਹ ਚੁੱਪੇ ਬੈਠਾਂਗੇ ਹੁਣ ਜੀ 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 ਇਹ ਹੁਣ ਭੁੱਲ ਜਾਣ ਵੀ ਸਾਡੇ ਨਾਲ ਇੱਦਾਂ ਹੋਇਆ, ਹੁਣ ਮੁੜ ਕੇ ਲੋਕ ਹੁੰਦੇ ਸੀ? ਨਹੀਂ ਨਹੀਂ, ਵੀ ਵਿਲ ਗੋ ਇਨ ਆ ਪੋਜ਼ਿਟਿਵ ਮੈਨਰ, ਔਰ ਅਸੀਂ ਉਹ ਦਿਖਾ ਵੀ ਰਹੇ ਹਾਂ, ਸਾਨੂੰ ਲੋੜ ਨਹੀਂ ਹੈਗੀ ਕੁਛ ਹੋਰ ਕਰਨ ਦੀ, ਆਪਾਂ ਕੈਨੇਡਾ ਦੇ ਵਿੱਚ ਅਹੁਦੇਦਾਰੀ ਦਿਖਾਤੀ ਹੈ, ਔਰ ਅਸੀਂ ਹਿੱਕ ਦੇ ਜ਼ੋਰ ਨਾਲ ਕਹਿੰਦੇ ਹਾਂ ਕਿ ਆਉਣ ਵਾਲਾ ਪ੍ਰਧਾਨ ਮੰਤਰੀ ਕੈਨੇਡਾ ਤੋਂ ਸਾਡਾ ਸਿੱਖ ਭਰਾ ਹੋਵੇ, ਔਰ ਜਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ, ਸਾਨੂੰ ਫਕਰ ਮਹਿਸੂਸ ਹੋਣਾ ਚਾਹੀਦਾ, ਸਾਨੂੰ ਇਹਨਾਂ ਗੱਲਾਂ ਵੱਲ ਅਸੀਂ ਅੱਗੇ ਵਧੀਏ, ਇਹਨਾਂ ਗੱਲਾਂ ਵੱਲ ਅਸੀਂ ਆਪਣੇ ਜ਼ਹਿਨ ਨੂੰ, ਆਪਣੇ ਦਿਮਾਗ ਨੂੰ, ਆਪਣੇ ਹੌਸਲਿਆਂ ਨੂੰ ਬੁਲੰਦ ਕਰੀਏ, ਆਪਾਂ ਪੋਜ਼ਿਟਿਵ ਵੇ ਨਾਲ ਸੋਚੀਏ, ਕਿਉਂਕਿ ਸ਼ੁਰੂ ਤੋਂ ਹੀ ਸਾਨੂੰ ਵਾਰੀਅਰ ਕਹਿ ਕੇ ਵਾਰੀਅਰ ਕਹਿ ਕੇ, ਸਿੱਖ ਨਾ ਹੋਤੇ ਯੇ ਦੇਸ਼ ਨਾ ਹੋਤਾ, ਸਾਨੂੰ ਇਹ ਕਹਿ ਕੇ ਸਾਨੂੰ ਦੂਜੇ ਪਾਸੇ ਮੋੜ ਦਿੱਤਾ ਜਾਂਦਾ। ਸੋ ਵੀ ਸ਼ੁੱਡ ਬੀ ਮੋਰ ਪੋਜ਼ਿਟਿਵ ਐਂਡ ਮੂਵ ਟੂਵਰਡਸ ਇਨ ਦੈਟ ਡਾਇਰੈਕਸ਼ਨ, ਮੈਨੂੰ ਐਂ ਲੱਗਦਾ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਮੈਂ ਕਲੀਵਲੈਂਡ ਤੋਂ ਬੋਲ ਰਿਹਾ ਜੀ, ਸੁਰਿੰਦਰ ਸਿੰਘ। ਜੀ ਜੀ ਸੁਰਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਇਹ ਆ ਵੀ ਪਹਿਲੇ ਸਮਝ ਨਹੀਂ ਲੱਗੀ ਕਿ ਕਾਲ ਵਿੱਚ ਕੌਣ ਸੀ, ਆਪਣੇ ਕੋਈ ਸਿੱਖ ਪਰਿਵਾਰ ਸੀ? ਨਹੀਂ, ਪਰਿਵਾਰ ਸਿੱਖ ਨਹੀਂ ਸੀਗਾ ਜੀ ਗੱਡੀ ਦੇ ਵਿੱਚ, ਲੇਕਿਨ ਪਰਿਵਾਰ ਉੱਥੋਂ ਦਾ ਹੀ ਸੀਗਾ, ਪੰਜਾਬੀ ਪਰਿਵਾਰ ਸੀਗਾ, ਲੇਕਿਨ ਇੱਥੇ ਮੈਂ ਮੁੱਦਾ ਇਸ ਕਰਕੇ ਨਹੀਂ ਉਠਾਇਆ, ਚਾਹੇ ਉਹ ਪਰਿਵਾਰ ਸਿੱਖ ਹੋਏ, ਸਾਰੇ ਸਾਡੇ ਆਪਣੇ ਭੈਣ ਭਰਾ ਨੇ, ਕ੍ਰਿਸ਼ਟੀ ਸਿੱਖ ਸੀ, ਪਰ ਕੋਈ ਵੀ ਹੋਵੇ ਜੀ ਜੀ, ਕੋਈ ਵੀ ਫੈਮਿਲੀ ਹੋਵੇ, ਤਾਂ ਕਾਰ ਵਿੱਚ ਬੜੀ ਬਹੁਤ ਹੀ ਸ਼ਰਮਨਾਕ ਹੈ, ਗਵਰਨਮੈਂਟ ਵਾਸਤੇ ਸ਼ਰਮਨਾਕ ਹੈ ਜੀ, ਤੇ ਉਹ ਜਿਹੜਾ ਨੇ ਜਿਹੜੇ ਬੰਦੇ ਉੱਥੇ ਪੂਰਾ ਵੀਡੀਓ ਰਿਕਾਰਡਡ ਹੈ ਉਹਦੇ ਵਿੱਚ, ਜਿਹੜੇ ਉਹਨਾਂ ਦੇ ਪੂਰਾ ਐਕਸ਼ਨ ਹੋਣਾ ਚਾਹੀਦਾ, ਇਟਸ ਡਸਨਟ ਹੈਪਨ ਅਗੇਨ। ਜੀ ਜੀ ਜੀ, ਹਾਂਜੀ, ਤੇ ਪੁਲਿਸ ਨੂੰ ਵੀ ਉਹਦੀ, ਉਹ ਜਿਹੜੇ ਬੰਦੇ ਉੱਥੇ ਖੜੇ ਆ ਉਹਨਾਂ ਨੇ ਕੁਛ ਐਕਸ਼ਨ ਹੀ ਕੀਤਾ, ਕੁਛ ਸ਼ੋਅ ਨਹੀਂ ਕੀਤਾ, ਉਹ ਵੀ ਦੇ ਆਲ ਮਸਟ ਬੀ ਸਸਪੈਂਡਡ, ਇਹ ਤਾਂ ਪੂਰਾ ਉੱਥੇ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਕਰੈਕਟ 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 ਹਾਂਜੀ ਜੀ 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 ਜੀ, ਕਿਉਂਕਿ ਇਹ ਤਾਂ ਦੂਸਰੇ ਮਤਲਬ ਬੜੀ ਬੜੀ ਸ਼ਰਮਨਾਕ ਗੱਲ ਹੈ। ਬਿਲਕੁਲ 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 ਬਿਲਕੁਲ, ਅਸੀਂ ਕਿਸੇ ਇੱਕ ਪਾਰਟੀਕੁਲਰ ਇਹ ਕਿਨਾਂ ਕਹੀਏ ਕਿ ਉਸ ਦੇ ਵਿੱਚ ਸਿੱਖ ਪਰਿਵਾਰ ਸੀਗਾ, ਸਾਡੇ ਗੁਰੂਆਂ ਨੇ ਬੰਦ ਕਟਵਾਇਆ ਦੂਜਿਆਂ ਦੇ ਖਾਤਰ, ਦੂਜੀ ਕੌਮ ਦੇ ਲਈ ਕਟਵਾਇਆ, ਤੇ
लव एंड करज की असी गल करते हैं, हारमनी की असी गल करते हैं, लेकिन मैनू वो गल्लां हुण नहीं वेखण नूं मिलदियां। जेकर असी सवेरे उठते हैं, अखबार पढ़ते हैं, इलैक्ट्रॉनिक मीडिया दे विच जिहड़े भी कोई वख-वख न्यूज़ चैनल ने भारत दे उह वेखदे हां, तां किस पासे तुर रहा है, सानूं किस पासे तुरना चाहीदा सीगा, क्यों मजबूर हो रहा अज जिहड़ा उत्थे दा वसनीक है भारत छड्डण नूं, क्यों अज मजबूर हो रहे हां असी आ के अमरीका, यूके, कैनेडा, होर जिहड़े मुल्क ने उत्थे जाके बसण नूं, ते इस मुतालक मैं तुहाडे विचार जानना चाहुंदा और की कुछ सुनिया तुसीं पहुंचाना चाहुंदे हो, अच्छे दिन आएंगे इस मुतालक भी तुहाडे विचार जान रहे हैं। मेरे नाल कॉलर्स बदस्तूर जारी ने जुड़ने, सति श्री अकाल जी, तुसीं ऑन एयर हो, कौन बोल रहे हो, कित्थों बोल रहे हो? सिख मुंडे सत फुट फुट के पुलिस वाले मारे ने पंजाब जी, जथेदार किथे गए नहीं जी, मैं चाहवांगा कि तुसी, मैं तुहाडे जज्बातां दी कदर कर सकदा, लेकिन मैं चाहवांगा कि आपां अब्यूज ना करिए किसे नूं भी। सति श्री अकाल जी, तुसी ऑन एयर हो, कौन बोल रहे हो, कित्थों बोल रहे हो? ਸਤਿ ਸ੍ਰੀ ਅਕਾਲ ਵੀਰ ਜੀ, ਚਰਨ ਸਿੰਘ ਪ੍ਰੇਮਪੁਰਾ ਬੋਲਦਾ ਨਿਊਯਾਰਕ ਤੋਂ ਜੀ। ਚਰਨ ਸਿੰਘ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਬੜਾ ਸੀਰੀਅਸ ਮੁੱਦਾ ਲਿਆਂਦਾ ਹੈ ਜੀ ਜੀ, ਸਾਂਝੀਵਾਲਤਾ ਦਾ ਜੀ ਸੰਦੇਸ਼ ਦੇ ਰਹੇ ਹੋ ਜੀ। ਕਿਸੇ ਦਾ ਵੀ ਪਰਿਵਾਰ ਹੋਵੇ, ਕਿਸੇ ਨਾਲ ਵਧੀਕੀ ਹੋਣੀ ਬਹੁਤ ਸ਼ਰਮਨਾਕ ਜੀ। ਸਾਰੇ ਦੇਸ਼ ਵਾਸਤੇ ਵੀ, ਕਿਹੜੇ ਡੈਮੋਕ੍ਰੇਸੀ ਦੀ ਤੁਸੀਂ ਗੱਲ ਕਰ ਰਹੇ ਹੋ ਜੀ ਜੀ? ਮੋਦੀ ਸਾਹਿਬ ਨੇ ਤੇ ਸ਼ੁਰੂ ਤੋਂ ਲੈ ਕੇ ਜਦੋਂ ਸਰਕਾਰ ਆਈ ਹੈ, ਝੂਠ ਦਾ ਸਹਾਰਾ ਲਿਆ ਹੈ ਜੀ। ਇਹ ਨਾ ਸਾਨੂੰ ਕਿਹਾ ਵੀ ਤੁਹਾਡੀ ਆਮਦਨ ਦੂਣੀ ਕਰ ਦਿਆਂਗੇ ਜੀ, ਤੇ ਫਿਰ ਹੁਣ ਕਿਹਾ ਜੀ ਆਮਦਨ ਦੂਣੀ ਹੋਵੇਗੀ ਤੁਹਾਡੀ 22 ਚ ਜੀ, 2022 ਚ। ਤੇ ਤੁਸੀਂ ਕੋਈ ਬਿਲਡਿੰਗ ਬਣਾ ਰਹੇ ਹੋ, ਤੁਸੀਂ ਕੋਈ ਘਰ ਬਣਾ ਰਹੇ ਹੋ ਜੀ, ਉਹਦੀ ਤੇ ਟੈਨਸ਼ਨ ਲੈ ਰਹਿੰਦੇ ਹੋ, ਮਜ਼ਦੂਰ ਨੀ ਮਿਲੇ ਜਾਂ ਸਮਾਨ ਨੀ ਆਇਆ, ਮਟੀਰੀਅਲ ਨੀ ਆਇਆ ਜੀ, ਝੂਠ ਦੀ ਵੀ ਟੈਨਸ਼ਨ ਲੈ ਰਹੇ ਨੇ, ਮੈਨੂੰ 5 ਸਾਲ ਹੋਰ ਦਿਓ ਝੂਠ ਮਾਰਨ ਵਾਸਤੇ। ਹਾਂ, ਹੁਣ ਡਿਸਾਈਡ ਦੇ ਭਾਰਤ ਦੇ ਵਿੱਚ ਵਸਦੇ ਵਸਨੀਕਾਂ ਨੂੰ ਕਰਨਾ ਪਏਗਾ, ਕੀ ਇਹ ਲੋਕਤੰਤਰ ਬਣਾਉਣਾ ਹੈ ਕਿ ਜੁਮਲਾ ਤੰਤਰ ਬਣਾਉਣਾ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਸਾਨੂੰ ਕਾਲ ਕੀਤਾ। ਮੈਂ ਇੱਕ ਸਮਾਂ ਇੱਥੇ ਮੈਨੂੰ ਨਿੱਕੇ ਜਿਹੇ ਵਕਫੇ ਰੋਕ ਰਿਹਾ, ਮੈਂ ਵੇਖ ਪਾ ਰਿਹਾ ਕਾਫੀ ਸਾਰੇ ਕਾਲਰਸ ਨੇ ਸਾਨੂੰ ਕਾਲ ਕੀਤੀ ਹੋਈ ਹੈ, ਮੈਂ ਤੁਹਾਡੀ ਕਾਲਸ ਨੂੰ ਕਿਊ ਦੇ ਵਿੱਚ ਪਾਇਆ ਹੋਇਆ, ਮੈਂ ਜ਼ਰੂਰ ਲਵਾਂਗਾ ਤੁਹਾਡੇ ਵਿਚਾਰ, ਲੇਕਿਨ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ।